ਵਿੱਚ ਫਰਕ ਹੁੰਦਾ ਹੈ ਮਕਾਨ ਵੱਡੇ ਛੋਟੇ ਹੋ ਸਕਦੇ ਆ ਘਰ ਤੇ ਘਰ ਹੈ ਨਾ ਕਈ ਵਾਰੀ ਲੋਕਾਂ ਦਾ ਹਜ਼ਾਰ ਗਾਈ ਦਾ ਮਕਾਨ ਹੁੰਦਾ ਹੈ ਵਿੱਚ ਘਰ ਨਹੀਂ ਹੁੰਦਾ ਜੇ ਘਰ ਹੋਵੇ ਤੇ ਪਰਿਵਾਰ ਨਹੀਂ ਹੁੰਦਾ ਪਰਿਵਾਰ ਹੋਵੇ ਤੇ ਪਿਆਰ ਨਹੀਂ ਹੁੰਦਾ ਇਹ ਘਰ ਭਾਵੇਂ ਮਕਾਨ ਭਾਵੇਂ ਸਾਲੀ ਗਾਈ ਦਾ ਮੈਂ ਕੋਠੀ ਵੀ ਨਹੀਂ ਲਈ ਮੈਂ ਮੱਲ ਹੋਸਟਲ ਜੀ ਰਹੀ ਇੱਕ ਕਮਰੇ ਰਹਿਣ ਦਾ ਸਵਾਦ ਬੜਾ ਜ਼ਿਆਦਾ ਹੈ ਔਰ ਉਹ ਮੈਨੂੰ ਪੂਰਾ ਮਿਲਿਆ 15 ਸਾਲ ਮੈਂ ਵਿਧਾਇਕ ਹੋਸਟਲ ਮੇ ਰਹੀ ਹੂੰ ਐਮਐਲਏ 92 ਬਣੀ ਫਿਰ 97 ਬਣੀ ਰਾਜਨੀਤੀ ਦਾ ਨਹੀਂ ਪਰ ਸਮਾਜਿਕ ਕਾਰਜ ਮੇਰਾ ਸ਼ਾਇਦ ਜਨਮ ਜਤ ਸ਼ੌਕ ਹੈ ਕਿ ਜੇ ਨਾਈ ਡਿਊਟੀ ਜਿਹੜੀ ਮੇਰੀ ਸਾਥੀ ਨਹੀਂ ਕਰ ਸਕਦੀ ਉਹ ਮੈਂ ਕਰਾਂ ਕੋਈ ਬਿਮਾਰ ਹੈ ਉਹਦੀ ਦੇਖ ਦੇਖ ਲਈ ਮੈਂ ਜਾਗਾ ਹਾਂ ਮੇਰੀ ਉਮਰ 21 ਔਰ 22 ਸਾਲ ਦੇ ਵਿੱਚ ਸੀ ਪਰ ਇਹ ਮੇਰਾ ਸ਼ੌਕ ਹੈ ਔਰ ਉਹੀ ਸ਼ੌਕ ਮੈਨਾਂ ਟੀਚਿੰਗ ਦਾ ਫਿਚੂ ਚੱਲਿਆ ਮੈਂ ਆਪਣੇ ਵਿਦਿਆਰਥੀ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਮੰਤਰੀ ਭਵੇਂ ਪਾਰਸ਼ਦ ਹੋਏ ਜਾਂ ਫਿਰ ਕੋਈ ਮੰਤਰੀ ਵੱਡੀਆਂ ਵੱਡੀਆਂ ਗੱਡੀਆਂ ਤੇ ਵੱਡੇ ਵੱਡੇ ਘਰਾਂ ਦੇ ਵਿੱਚ ਸ਼ੀਸ਼ ਮੈਲਾਂ ਦੇ ਵਿੱਚ ਰਹਿੰਦੇ ਆ ਲੇਕਿਨ ਅੱਜ ਤੁਹਾਨੂੰ ਇੱਕ ਇਹੋ ਜਿਹਾ ਪੰਜਾਬ ਦੇ ਪੁਰਵ ਮੰਤਰੀ ਦਾ ਘਰ ਦਿਖਾਉਣ ਜਾ ਰਹੇ ਆ ਜਿਸ ਨੂੰ ਦੇਖ ਕੇ ਸ਼ਾਇਦ ਤੁਸੀਂ ਵਿਸ਼ਵਾਸ ਨਾ ਕਰੋ ਅਸੀਂ ਇਸ ਵੇਲੇ ਉਸ ਘਰ ਦੇ ਬਾਹਰ ਖੜੇ ਆ 48 ਗੱਜ ਦਾ ਘਰ ਹੈ ਜਿਸਨ 90 ਦੇ ਵਿੱਚ ਇਸ ਘਰ ਨੂੰ ਇਸ ਮੰਤਰੀ ਦੁਆਰਾ ਜਿਹੜਾ ਲਿਤਾ ਗਿਆ ਸੀ ਪੰਜਾਬ ਦੀ ਪੁਰਵ ਸਿਹਤ ਮੰਤਰੀ ਲక్ష్ਮੀ ਕਾਂਤਾ ਚਾਵਲਾ ਤਿੰਨ ਵਾਰੀ ਵਿਧਾਇਕ ਰਹੇ ਆ ਇੱਕ ਵਾਰੀ ਅਕਾਲੀ ਭਾਜਪਾ ਦੇ ਗੱਠ ਜੋੜ ਦੇ ਸਮੇਂ ਸਿਹਤ ਮੰਤਰੀ ਵੀ ਰਹੇ ਆ ਸੋ ਜਨ ਅ ਲక్ష్ਮੀ ਕਾਂਤਾ ਚਾਵਲਾ ਹਮੇਸ਼ਾ ਆਪਣੇ ਜਿਹੜੇ ਅ ਅੰਦਾਜ਼ ਜਿਹੜਾ ਕਿ ਆਪਣੀ ਹੀ ਸਰਕਾਰ ਦੇ ਖਿਲਾਫ ਸੱਚ ਦੇ ਖਿਲਾਫ ਖੜੇ ਰਹੇ ਆ ਤੇ ਅੱਜ ਤੁਹਾਨੂੰ ਉਹਨਾਂ ਦੇ ਘਰ ਤੇ ਉਹਨਾਂ ਦੀ ਜ਼ਿੰਦਗੀ ਬਾਰੇ ਦੱਸਣ ਜਾ ਰਹੇ ਆ ਕਿ ਉਹਨਾਂ ਦੀ ਜ਼ਿੰਦਗੀ ਕਿਵੇਂ ਦੀ ਹੈ ਸੋ ਇਹ ਉਹਨਾਂ ਦੇ ਘਰ ਦੇ ਪੌੜੀਆਂ ਜਿਹੜੀਆਂ ਕਿ ਉਹਨਾਂ ਦੇ ਘਰ ਦੇ ਅੰਦਰ ਜਾਂਦੀਆਂ ਉੱਪਰ ਫਰਸਟ ਫਲੋਰ ਤੇ ਉਹਨਾਂ ਦਾ ਇੱਕ ਕਮਰਾ ਉਸ ਕਮਰੇ ਦੇ ਵਿੱਚ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਬਿਤਾਈ ਹੈ 80 ਸਾਲ ਦੀ ਉਮਰ ਲక్ష్ਮੀਕੰਤਾ ਚਾਵਲਾ ਦੀ ਹੋ ਚੁੱਕੀ ਹੈ ਤੇ ਘਰ ਦੀ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਲక్ష్ਮੀਕੰਤਾ ਚਾਵਲਾ ਦਾ ਘਰ ਹੈ ਤਿੰਨ ਵਾਰੀ ਵਿਧਾਇਕ ਤੇ ਇੱਕ ਵਾਰੀ ਪੰਜਾਬ ਦੇ ਸਿਹਤ ਮੰਤਰੀ ਦੇ ਪਦ ਤੇ ਰਹੇ ਆ ਆਪਣੀ ਸਰਕਾਰ ਦੇ ਖਿਲਾਫ ਧਰਨੇ ਵੀ ਲਗਾਏ ਕਿਉਂਕਿ ਸੱਚ ਦੇ ਖਿਲਾਫ ਹਮੇਸ਼ਾ ਸੱਚ ਦੇ ਨਾਲ ਲక్ష్ਮੀਕੰਤਾ ਚਾਵਲਾ ਹਮੇਸ਼ਾ ਖੜੇ ਰਹੇ ਆ ਭਵੇਂ ਆਪਣੀ ਹੀ ਸਰਕਾਰ ਦੇ ਖਿਲਾਫ ਧਰਨੇ ਲਾਉਣ ਦੀ ਗੱਲ ਕਿਉਂ ਨਾ ਆਏ ਕਦੀ ਪਿੱਛੇ ਨਹੀਂ ਹਟੇ ਸੋ ਖੁਦ ਰਸੋਈ ਦੇ ਵਿੱਚ ਕੰਮ ਕਰਦੇ ਆ ਕਮਰਾ ਵੀ ਦਿਖਾਵਾਂਗੇ ਸਾਰਾ ਕੰਮ ਖੁਦ ਕਰਦੇ ਆ 191 ਦੇ ਕਰੀਬ ਉਹਨਾਂ ਨੇ ਇਹ ਘਰ ਲਿੱਤਾ ਸੀ ਇੱਕ ਕਮਰੇ ਦਾ ਘਰ ਹੈ 48 ਗਜ ਦੀ ਜਗ੍ਹਾ ਗੱਲਬਾਤ ਵੀ ਕਰਾਂਗੇ ਲక్ష్ਮੀਕੰਤਾ ਚਾਵਲਾ ਨਾਲ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਰਾਜਨੀਤਿਕ ਦੇ ਵਿੱਚ ਪੈਰ ਪਾਂ ਤੋਂ ਬਾਅਦ ਕੀ ਕੋ ਸਿੱਖਿਆ ਤੇ ਕਿਵੇਂ ਆਪਣੀ ਜ਼ਿੰਦਗੀ ਬਸਰ ਕਰਦੇ ਮੈਡਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਤੱਕ ਮੈਡਮ ਅੱਜ ਦੇ ਸਮੇਂ ਦੇ ਵਿੱਚ ਕਾਉਂਸਲਰ, ਪਾਰਸ਼ਦ ਹੋਏ, ਐਮਐਲਏ, ਕੈਪਟਨ ਮਿਨਿਸਟਰ, ਸੀਸ਼ ਮੈਲਾਂ ਦੇ ਵਿੱਚ ਰਹਿੰਦੇ ਤੇ ਤੁਸੀਂ 48 ਗੱਜ ਦੇ ਘਰ ਦੇ ਵਿੱਚ ਆਪਣੀ ਪੂਰੀ ਜ਼ਿੰਦਗੀ ਬਸਰ ਕੀਤੀ ਕੈਪਟਨ ਮਿਨਿਸਟਰ ਵੀ ਰਹੇ ਹੋ ਤੁਸੀਂ ਐਮਐਲਏ ਵੀ ਤਿੰਨ ਵਾਰੀ ਵਿਧਾਇਕ ਰਹੇ ਹੋ ਲੋਕਾਂ ਨੇ ਬਹੁਤ ਪਿਆਰ ਦਿੱਤਾ ਲੇਕਿਨ ਕਾਰ ਕਿਉਂ ਨਹੀਂ ਬਦਲੇ ਆ ਇਹਲੀ ਗਲਤਾਂ ਘਰ ਤੇ ਮਕਾਨ ਵਿੱਚ ਫਰਕ ਹੁੰਦਾ ਹੈ ਮਕਾਨ ਵੱਡੇ ਛੋਟੇ ਹੋ ਸਕਦੇ ਹੈ ਘਰ ਤੇ ਘਰ ਹੈ ਨਾ ਕਈ ਵਾਰੀ ਲੋਕਾਂ ਦਾ ਹਜ਼ਾਰ ਗਾਈ ਦਾ ਮਕਾਨ ਹੁੰਦਾ ਹੈ ਵਿੱਚ ਘਰ ਨਹੀਂ ਹੁੰਦਾ ਜੇ ਘਰ ਹੋਵੇ ਤੇ ਪਰਿਵਾਰ ਨਹੀਂ ਹੁੰਦਾ ਪਰਿਵਾਰ ਹੋਵੇ ਤੇ ਪਿਆਰ ਨਹੀਂ ਹੁੰਦਾ ਇਹ ਘਰ ਭਾਵੇਂ ਮਕਾਨ ਭਾਵੇਂ ਹਰਥਾਲੀ ਗਾਈਦਾ ਹੈ ਘਰ ਨਹੀਂ છੁੱਟਾ ਪੂਰਾ ਮੇਰਾ ਸੁਰੱਖਿਆ ਕਰਮੀ 25 ਜਵਾਨ ਅੱਥੇ ਰਹਿੰਦੇ ਹੈ ਔਰ ਜਦੋਂ CRP ਰੈਂਦੀ ਸੀ ਪੂਰੇ ਦੋ ਸੈਕਸ਼ਨ ਸੀਰ ਵੀ ਇੱਥੇ ਰਹਿੰਦੇ ਸੀ ਮੇਰਾ ਛੋਟਾ ਭਰਾ ਜਿਹੜਾ ਹੁਣ ਦੁਨੀਆ ਤੋਂ ਚਲਾ ਗਿਆ ਉਹ ਵੀ ਇੱਥੇ ਰਹਿੰਦਾ ਸੀ ਇਸ ਕਰਕੇ ਔਰ ਸਮਾਜੀ ਕਾਰਕਟਰ ਵੀ ਆਪਣੇ ਕਰ ਨਹੀਂ ਛੋਟਾ ਮਕਾਨ ਛੋਟਾ ਹੈ ਤਾਂ ਕੀ ਫਰਕ ਪड़ਦਾ ਮੈਡਮ ਜ਼ਿੰਦਗੀ ਇੱਕ ਕਮਰੇ ਦੇ ਵਿੱਚ ਬਸਰ ਕਰਨਾ ਕਿਉਂਕਿ ਹਰ ਹਰ ਬੰਦੇ ਦੀ ਇੱਕ ਇੱਛਾ ਹੁੰਦੀ ਹੈ ਖੁਆਇਸ਼ ਹੁੰਦੀ ਹੈ ਕਿ ਮੈਂ ਜਦੋਂ ਕਿਉਂਕਿ ਮਾਪੇ ਦੀ ਖੁਆਇਸ਼ ਹੁੰਦੀ ਕਿ ਮੇਰਾ ਬੱਚਾ ਜਦੋਂ ਕਾਮਯਾਬ ਬਣੇ ਤੇ ਵਧੀਆ ਘਰ ਹੋਏ ਹਰ ਚੀਜ਼ ਹੋਏ ਲੇਕਿਨ ਕੀ ਤੁਸੀਂ ਕਦੀ ਸੋਚਿਆ ਕਿ ਮੈਂ ਮਕਾਨ ਤੇ ਘਰ ਚ ਫਰਕ ਕਰੋ ਮਕਾਨ ਬਿਲਡਿੰਗਾਂ ਨੂੰ ਕਹਿੰਦੇ ਆ ਘਰ ਮਕਾਨ ਦੀ ਆਤਮਾ ਹੁੰਦੀ ਹੈ ਘਰ ਬੰਮ ਛੋਟਾ ਹੈ ਲੇਕਿਨ ਅਸੀਂ ਬੜੇ ਆਰਾਮ ਨਾਲ ਰਹਦੇ ਆ ਕੋਈ ਕਮੀ ਨਹੀਂ ਜਦੋਂ ਸਿਕਿਉਰਿਟੀ ਇੱਥੇ ਰਹਿਣ ਦੀ ਆ ਗਈ ਸੰਨ 91 ਜੀ ਮਕਾਨ ਖਰੀਦਿਆ ਤੇ ਉਦੋਂ ਵਿੱਚ ਜਿਹੜੀ ਥੱਲੇ ਦੀ ਛੱਤ ਸੀ ਪਹਿਲ ਦੇਤੇ ਕੋਈ ਕਿਰਾਏਦਾਰ ਹੁੰਦੇ ਸੀ 14 ਸਾਲ ਤੀ ਅਸੀਂ ਇਸੇ ਕਮਰੇ ਚ ਕੱਟਿਆ ਪਬਲਿਕ ਵੀ ਸਾਰੀ ਇਥੇ ਪਰ ਵਿੱਚ ਮਿਆਨੀ ਪਾ ਕੇ ਤੇ ਅਸੀਂ CRP ਜੋਗੀ ਜਗਾ ਬਣਾਈ ਜਿੱਥੇ ਹੁਣ ਪੰਜਾਬ ਪੁਲਿਸ ਦੇ ਕਮਾਂਡੋ ਰਹ ਰਹੇ ਆ ਤੇ ਉੱਪਰ ਛੱਤ ਤੇ ਵੀ ਰੰਦੇ ਹੁੰਦੇ ਸੀ CRP ਦੇ ਸਿਕ ਇੱਕ ਸੈਕਸ਼ਨ ਪੂਰਾ ਉੱਪਰ ਰਹਿੰਦਾ ਸੀ ਇਸ ਕਰਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਸੌਣ ਲਈ ਤਾਂ ਇੱਕ ਚਰਪਾਈ ਚਾਹੀਦੀ ਐ ਨਾ ਉਹ ਇੱਥੇ ਮੈਂ ਤਾਂ ਕਈ ਵਾਰੀ ਸੋਚਦੀਆਂ ਕਿ ਇੱਕ ਚਾਰਪਾਈ ਲਗਾ ਕੇ ਵੀ ਚਾਰ ਦੀ ਹੋਰ ਜਗ੍ਹਾ ਹੁੰਦੀ ਐ ਚਾਰ ਲੋਕ ਹੋਰ ਵੀ ਹੁੰਦੇ ਇੱਥੇ ਸਮਾ ਸਕਦੇ ਐ ਜਿਹੜਾ ਦਿਲ ਹੈ ਨਾ ਦਿਲ ਚਾਹੀਦਾ ਉਹ ਹੈਗਾ ਬੜਾ ਔਰ ਜਨਤਾ ਹਮੇਂ ਸਰਦੀ ਨੇ ਬਹੁਤ ਪਿਆਰ ਦਿੱਤਾ ਐ ਔਰ ਜਿਹੜੀ ਜਨਤਾ ਨੇ ਮੈਨੂੰ ਬਿਨਾ ਇੱਕ ਪੈਸੇ ਦੇ ਖਰਚ ਕੀਤੇ ਇਲੈਕਸ਼ਨ ਲੜਵਾ ਦਿੱਤਾ ਐ ਜੋ ਖਰਚ ਕੀਤਾ ਹੋਗਾ ਕਾਰਕਿਰਤਾ ਨੇ ਕੀਤਾ ਹੈ ਸੰਗਠਨ ਨੇ ਕੀਤਾ ਹੈ ਮੈਂ ਜ਼ਿਲ੍ਹੇ ਚੋਣਾਂ ਲੜਿਆ ਮੈਂ ਡੀਏਵੀ ਕਾਲਜ ਲੈਕਚਰ ਸੀ ਪਹਿਲੇ ਚੋਣਾਂ ਵੇਲੇ ਵੀ ਦੂਜੇ ਵੇਲੇ ਵੀ ਤੇ ਇਹ ਠੀਕ ਹੈ ਕਿ ਐਮਐਲਏ ਬਣਨ ਤੋਂ ਬਾਅਦ ਕਾਲਜ ਦੀ ਪੇ ਬੰਦ ਹੋ ਗਈ ਔਰ ਜਦੋਂ ਪਹਿਲੀ ਵਾਰੀ ਐਮਐਲਏ ਬਣਿਆ 3000 ਤਨਖਾਹ ਸੀ ਸਿਰਫ ਦੂਜੀ ਵਾਰੀ 4500 ਲੇਕਿਨ ਸਮੇਂ ਸਾਦਗੀ ਨਾਲ ਘਟ ਜਾਂਦਾ ਹੈ ਇਹ ਤਾਂ ਗੱਲ ਛੱਡੋ ਮੈਂ ਤਾਂ ਜਦੋਂ ਮੰਤਰੀ ਬਣੀ ਆ 1000 ਗਈ ਦੀ ਕੋਠੀ ਮਿਲਦੀ ਸੀ ਮੈਂ ਕੋਠੀ ਵੀ ਨਹੀਂ ਲਈ ਮੈਂ ਮਲੇ ਹੋਸਟਲ ਜੀ ਰਹੀ ਇੱਕ ਕਮਰੇ ਰਹਿਣ ਦਾ ਸਵਾਦ ਬੜਾ ਜ਼ਿਆਦਾ ਹੈ ਔਰ ਉਹ ਮੈਨੂੰ ਪੂਰਾ ਮਿਲਿਆ 15 ਸਾਲ ਮੈਂ ਵਿਧਾਇਕ ਹੋਸਟਲ ਮੈਂ ਰਹੀ ਹੂੰ ਚੰਡੀਗੜ੍ਹ ਪਹਿਲੇ ਐਮਐਲਏ ਬਣਵੀਂ ਫਿਰ 97 ਬਣੀ ਕਮਰਾ ਨੰਬਰ 3 ਹੀ ਮੇਰਾ ਕਰ ਰਿਹਾ ਔਰ ਜਦੋਂ ਮੰਤਰੀ ਬਣ ਗਈ ਫਿਰ ਮੈਂ ਪ੍ਰਾਰਥਨਾ ਕੀਤੀ ਸਪੀਕਰ ਸਾਹਿਬ ਨੂੰ ਕਿ ਇੱਕ ਕਮਰਾ ਅਟੈਚ ਦੇ ਦਿਓ ਜਿਹੜੇ ਆਫੀਸਰ ਆਉਂਦੇ ਆ ਮੀਟਿੰਗ ਹੁੰਦੀਆਂ ਉਸ ਕਮਰੇ ਨਹੀਂ ਹੋ ਸਕਦੀ ਜਿੱਥੇ ਮੈਂ ਖਾਣਾ ਬਣਾਉਣੀ ਆ ਜਾਂ ਸੋਣਾ ਰਹਿਣਾ ਫਿਰ ਮੈਨੂੰ ਅਟੈਚਡ ਇੱਕ ਕਮਰਾ ਮਿਲ ਗਿਆ ਕੋਈ 1.5 ਸਾਲ ਬਾਅਦ ਪਿਛਲੇ 3.5 ਸਾਲ ਮੇਰੇ ਕੋਲ ਦੋ ਕਮਰੇ ਰਹੇ ਔਰ ਲੱਗਦਾ ਸੀ ਵੀ ਇੰਨੇ ਵਧੀਆ ਦੋ ਕਮਰੇ ਅਸੀਂ ਆਪਣੇ ਪੈਸੇ ਨਾਲ ਤੇ ਓਡੇ ਵਧੀਆ ਖਰੀਦੀ ਨਹੀਂ ਸਕਦੇ ਸੀ ਪਰ ਮਨ ਦੀ ਸੁਖੀ ਸੁਖ ਹੁੰਦਾ ਹੈ ਸਰੀਰ ਦਾ ਸੁਖ ਸੁਖ ਨਹੀਂ ਹੁੰਦਾ ਲਾਈਫ ਦੇ ਵਿੱਚ ਜਦੋਂ ਪੜਦੇ ਸੀ ਕਾਲਜ ਜਾਂਦੇ ਸੀ ਉਸ ਵੇਲੇ ਸੋਚਿਆ ਸੀ ਰਾਜਨੀਤੀ ਦੇ ਵਿੱਚ ਆਓ ਰਾਜਨੀਤੀ ਦਾ ਨਹੀਂ ਪਰ ਸਮਾਜਿਕ ਕਾਰਜ ਮੇਰਾ ਸ਼ਾਇਦ ਜਨਮ ਜਤ ਸ਼ੌਕ ਹੈ ਮੈਂ 12 13 ਬਰਿਆਂ ਦੀ ਸੀ ਬੜਾ ਅੱਛਾ ਹੈ ਇੱਕ ਮੇਰੇ ਪਾਸ ਨਿਸ਼ਾਨੀ ਹੈ ਉਹਨਾਂ ਦਿਨਾਂ ਦੀ ਉਹ ਪਕੜੋਗੇ ਤੇ ਇਹ ਮੇਰੀ ਜ਼ਿੰਦਗੀ ਦਾ 14ਵਾਂ ਸਾਲ ਹੈ ਮੈਂ ਤੁਹਾਨੂੰ ਦਿਖਾਉਂਦੀ ਹਾਂ ਇਹ ਮੇਰੀ ਜ਼ਿੰਦਗੀ ਦਾ 14ਵਾਂ ਸਾਲ ਹੈ ਜਦੋਂ ਮੇਰੇ ਅਧਿਆਪਕ ਨੇ ਮੈਨੂੰ ਇਹ ਸਰਟੀਫਿਕੇਟ ਦਿੱਤਾ ਤੁਸੀਂ ਦੇਖੋ ਸੰਨ 55 ਤੋਂ ਅੱਜ ਤੱਕ ਇਹ ਵਿਰਾਸਤੀ ਸਰਟੀਫਿਕੇਟ ਹੈ ਨਾ ਉਦੋਂ ਵੀ ਮੈਂ ਆਪਣੇ ਸਕੂਲ ਦੇ ਵਿੱਚ ਮੰਤਰੀ ਸੀ ਬੱਚਿਆਂ ਦੇ ਅੱਜ ਕੱਲ ਤਾਂ ਰਿਵਾਇਜ਼ ਨਹੀਂ ਹੈ ਅੱਗੇ ਕੋਈ ਪ੍ਰੀਖਿਆ ਹੋਣੀ ਹੋਵੇ ਨਾ ਤੇ ਬੜੇ ਬੜੇ ਵਿਦਵਾਨ ਆਉਂਦੇ ਸੀ ਲੈਕਚਰ ਦੇਣ ਸਭ ਨੂੰ ਚਾਹ ਪਲਾਨੀ ਸਭ ਦੇ ਪੱਖੇ ਦਾ ਪ੍ਰਬੰਧ ਕਰਨਾ ਸਿਆਹੀ ਪੈਨਾਂ ਦਾ ਪ੍ਰਬੰਧ ਕਰਨਾ ਇਹ ਸਾਰਾ ਕੰਮ ਜਿਹੜਾ ਹੈ ਨਾ ਮੈਂ ਕਰਦੀ ਸੀ ਤੇ ਉਹ ਸਮਾਈ ਸੇਵਾ ਫਿਰ ਉਸ ਤੋਂ ਬਾਅਦ ਕਾਲਜ ਚ ਪੜਦੇ ਆ ਪੜਦੇ ਆਂ ਹੀ ਕਾਲੇ ਪੜਦੇ ਵੀ ਮੈਂ ਸਕੂਲ ਦੀ ਸੈਕਟਰੀ ਸੀ ਕਾਲਜ ਦੀ ਸੈਕਟਰੀ ਸੀ देन सिविल डिफेंस ਦਾ ਟਾਈਮ ਆ ਗਿਆ सन 65 ਮੈਂ ਮੇਕਰ ਸੀ ਅਤੇ ਉਸ ਤੋਂ ਪਹਿਲੇ ਮੈਂ एनडीएस ਇਨਸਟ੍ਰਕਟਰ ਦੀ ਟ੍ਰੇਨਿੰਗ ਕਰਨ ਬੜਵਾਹ ਗਈ। ਕਾਫੀ ਸੰਕਟ ਵਾਲੇ ਦਿਨ ਸੀ ਉਹਦੋਂ ਪਤਾ ਲੱਗ ਗਿਆ ਵੀ ਅੱਛੀ ਨੌਕਰੀ ਹੈ ਮਿਲ ਗਈ ਠੀਕ ਹੈ। ਉੱਥੇ ਵੀ ਮੈਂ 올 ਇੰਡੀਆ ਕੈਂਪ ਦੇ ਵਿੱਚ ਬੈਸਟ ਸੋਸ਼ਲ ਵਰਕਰ ਡਿਕਲੇਰ ਹੋਈ ਸੀ। ਮੈਨੂੰ ਸ਼ੌਕ ਸੀ ਕਿ ਜੇ ਨਾਈਟ ਡਿਊਟੀ ਜਿਹੜੀ ਮੇਰੇ ਸਾਥੀ ਨਹੀਂ ਕਰ ਸਕਦੀ ਉਹ ਮੈਂ ਕਰਾਂ। ਕੋਈ ਬਿਮਾਰ ਹੈ ਉਹਦੀ ਦੇਖ-ਦੇਖ ਲਈ ਮੈਂ ਜਾਗਾ ਹੁੰਦੇ ਮੇਰੀ ਉਮਰ 21 ਔਰ 22 ਸਾਲ ਦੇ ਵਿੱਚ ਸੀ। ਪਰ ਇਹ ਮੇਰਾ ਸ਼ੌਕ ਹੈ ਔਰ ਉਹੀ ਸ਼ੌਕ ਮੈਂ ਨਾ ਟੀਚਿੰਗ ਦਾ ਫਿਚੂ ਚ ਲਿਆ ਮੈਂ ਆਪਣੇ ਵਿਦਿਆਰਥੀ ਜਿਹੜੇ ਮੈਨੂੰ ਕਾਲਜ ਵੀ ਮਿਲੇ ਪਹਿਲੇ 4 ਸਾਲ ਮੈਂ ਸਕੂਲ ਚ ਪੜਾਇਆ ਐ ਐਨਡੀਐਸ ਇਨਸਟ੍ਰਕਟਰ ਦੇ ਨਾਤੇ ਮੈਂ ਸਰਦੀ ਕੜਕ ਦੀ ਸਰਦੀ ਚ ਜਦੋਂ ਮੈਂ ਨਮਾਕੋਟ ਗਵਰਨਮੈਂਟ ਸਕੂਲ ਸੀ ਬੱਚੇ ਬੜੇ ਗਰੀਬ ਸੀ ਤੇ ਆਪਣਾ ਕੋਟ ਸਵੈਟਰ ਉਤਾਰ ਕੇ ਬੱਚਿਆਂ ਨੂੰ ਪਰੇਂਟ ਕਰਾਂਦੀ ਸੀ ਕਿ ਜੇ ਮੇਰੇ ਉੱਪਰ ਗਰਮ ਕਪੜਾ ਹੈ ਬੱਚਿਆਂ ਤੇ ਨਹੀਂ ਹੈ ਤੇ ਐਜੇ ਟੀਚਰ ਮੈਨੂੰ ਕੋਈ ਹੱਕ ਨਹੀਂ ਉਹ ਕਪੜਾ ਪਾਉਂਦਾ ਤੇ ਉਹ ਸੁਭਾਅ ਬਣਿਆ ਬਣਿਆ ਉਹ ਕਾਲਜ ਲਾਈਫ ਚ ਵੀ ਰਿਹਾ ਮੇਰੇ ਵਿਦਿਆਰਥੀ ਦਾ ਕਿਸ ਨੂੰ ਪਤਾ ਹੀ ਨਹੀਂ ਲੱਗ ਸਕਦਾ ਸੀ ਕਿ ਜੇ ਕਿਸੇ ਕੋਲ ਕਿਤਾਬਾਂ ਨਹੀਂ ਹੈ ਜੋ ਕੋਈ ਫੀਸ ਨਹੀਂ ਦੇ ਸਕਦਾ ਉਹਨਾਂ ਨਾਲ ਦੋਸਤੀ ਕਰਨੀ ਮੇਰੇ ਬੱਚੇ ਬਹੁਤ ਅੱਛੇ ਵਿਦਿਆਰਥੀ ਉਨਾਂ ਹੀ ਅੱਛੇ ਜਿੰਨੇ ਮੈਨੂੰ ਟੀਚਰ ਪਹਿਲੇ ਬਹੁਤ ਵਧੀਆ ਮਿਲੇ ਸੀ ਠੀਕ ਹੈ ਔਰ ਉਹਦੇ ਨਾਲ ਬੜਾ ਸੁਨੱਖਮ ਜਲ ਲੱਗਿਆ ਬੱਚਿਆਂ ਦੇ ਲਈ ਮੈਂ ਕਿਤਾਬਾਂ ਨੇ ਸੈੱਟ ਦੂਜੇ ਬੱਚਿਆਂ ਤੋਂ ਮੰਗਦੀ ਸੀ ਔਰ ਉਹਨਾਂ ਨੂੰ ਦਿੰਦੀ ਸੀ ਕੌਣ ਲੈਂਦਾ ਕੌਣ ਦਿੰਦਾ ਕਿਸ ਨੂੰ ਪਤਾ ਨਹੀਂ ਰੋਸ ਤੋਂ ਬੱਤੇ ਖੇਤਰ ਮੇਰਾ ਬੜਾ ਵਿਸਤ੍ਰਿਤ ਹੋ ਗਿਆ। ਹਮਰੇ ਕਮਰੇ ਦੇ ਵਿੱਚ ਏਸੀ ਕੋਈ ਨਹੀਂ ਲਵਾਇਆ ਤੁਸੀਂ? ਜੀ ਲਵਾਇਆ ਹੁਣ। ਪਰ ਚਰਾਨੀ ਉਦੋਂ ਹੀ ਆ ਜਦੋਂ ਕੋਈ ਮਹਿਮਾਨ ਆ ਕੇ ਕਹੇ ਬਹੁਤ ਤੰਗੀ ਹੈ। ਇਹ ਤਾਜ਼ਾ-ਤਾਜ਼ਾ ਹੀ ਲੱਗਾ ਪਹਿਲੇ ਨਹੀਂ ਸੀ। ਪਹਿਲੇ ਤਾਂ ਮੇਰੇ ਘਰ ਗੀజర్ ਵੀ ਨਹੀਂ ਸੀ। ਠੀਕ ਹੈ। ਗੈਸ ਮੈਂ ਰसोई ਨੂੰ ਹੀ ਸ਼ਰਨ ਘਰ ਬਣਾਇਆ ਹੈ। ਗੈਸ ਤੇ ਚੁੱਲੇ ਦੇ ਪਤੀਲੇ ਰੱਖੋ ਪਾਣੀ ਦਾ ਗਰਮ ਹੋ ਜਾਂਦਾ ਹੈ। ਲੇਕਿਨ ਮੇਰੇ ਕੋਲ ਫਸੇ ਗੀజర్ ਹੈ। ਮੈਂ ਗੀజర్ ਗਰਮ ਪਾਣੀ ਸਰਦੀਆਂ 'ਚ ਵਰਤਦੀ ਵੀ ਖੂਬ ਆ। ਏਸੀ ਲਗਾਏ ਸ਼ਾਇਦ ਇਹ 12 ਮਹੀਨਿਆਂ ਮੇਂ 24 दिन में नहीं चलता कारण क्या जब कई बार कोई ऐसे मेहमान आते हैं या गर्मी बहुत होती है जब छियालीस तापमान आता है ना ये कमरा खूब तपता है तो लेकिन मेरा मेहमान आए आया मेरे को भी कोई ज़रूरत तो दुख सुख मैं चलाती हूँ लेकिन मैं जहाँ दुर्गाना मंदिर में अध्यक्ष बनी हूँ वहाँ मैंने पहले दिन से ए बंद कर दिया है वहाँ भी कुछ मेम्बर्स ने कह दिया कि हम तो बिना ए के नहीं बैठ सकते उनके आने पर चल जाएगा मुझे आदत है पंखे के साथ रहने की ਮੈਂ ਜ਼ਿੰਦਗੀ 'ਚ ਤੁਸੀਂ ਤਿੰਨ ਵਾਰੀ ਵਿਧਾਇਕ ਰਹੇ ਹੋ ਇੱਕ ਵਾਰੀ ਕੈਬਨਿਟ ਮਨਿਸਟਰ ਰਹੇ ਹੋ ਅੱਜ ਤੱਕ ਦੀ ਗੱਲ ਕਰੀਏ ਤੇ ਪਹਿਲੇ ਦੀ ਰਾਜਨੀਤੀ ਜਦੋਂ ਤੁਸੀਂ ਸੀ ਤੁਸੀਂ ਕਿਉਂਕਿ ਆਪਣੀ ਸਰਕਾਰ ਦੇ ਖਿਲਾਫ ਜੋ ਕਾਲੀ ਪਾਜਪਾ ਦੀ ਸਰਕਾਰ ਗੱਠ ਜੋੜ ਸੀ ਤੁਸੀਂ ਜਿਹੜੀ ਗੱਲ ਜਨ ਵਿਰੋਧੀ ਹੋਵੇ ਸਰਕਾਰ ਦਾ ਖਿਲਾਫ ਨਹੀਂ ਜੋ ਜਨਤਾ ਦੇ ਹਿੱਤ 'ਚ ਹੈ ਉਹ ਤਾਂ ਹੈ ਹੀ ਹੈ ਅਗਰ ਕੋਈ ਸਰਕਾਰ ਇਹੋ ਜਿਹਾ ਫੈਸਲਾ ਲੈਂਦੀ ਹੈ ਜਿਦਾ ਅਤੰਕਵਾਦ ਤੋਂ ਬਾਦ ਲੀਤੇ ਤੇ ਫਿਰ ਉਹਦਾ ਵਿਰੋਧ ਕਰਨਾ ਮੇਰਾ ਧਰਮ ਹੋ ਜਾਂਦਾ ਹੈ ਕਿਉਂਕਿ ਮੈਂ ਜਨ ਪ੍ਰਤੀਨਿਧੀ ਹੂੰ ਸਰਕਾਰ ਕੀ ਪ੍ਰਤੀਨਿਧੀ ਨਹੀਂ ਹੂੰ ਸੋ ਤੁਹਾਨੂੰ ਕੀ ਲੱਗਦਾ ਵੈ ਕਿ ਉਦੋਂ ਦੀ ਰਾਜਨੀਤੀ ਤੇ ਹੁਣ ਦੀ ਰਾਜਨੀਤੀ ਚ ਕੀ ਫਰਕ ਹੈ ਐਸਾ ਹੈ ਦਲ ਬਦਲੂ ਆਇਕਲ ਬਹੁਤ ਹੋ ਗਏ ਉਹ ਵੈਸੇ ਜਦੋਂ ਗਿਆਨ ਆਮ ਆਇਆ ਆਮ ਸ਼ੁਰੂ ਹੋਇਆ ਹੈ ਉਹ ਸਟਾਰਟ ਦੀ ਗੱਲ ਹੈ ਹਰਿਆਣਾ ਦੇ ਇੱਕ ਐਮਐਲਏ ਨੇ 15 ਦਿਨਾਂ ਚ ਚਾਰ ਪਾਰਟੀਆਂ ਬੰਦੀਆਂ ਸੀ ਇੱਕ ਦਿਨ ਚ ਦੋ ਵਾਰੀ ਬੰਦੀ ਸੀ ਗਿਆਨ ਆਮ ਦਾ ਨਾਮ ਸੀ ਤੇ ਹੁਣ ਵੀ ਤੁਸੀਂ ਦੇਖ ਲਓ ਜਿੱਥੇ ਆਪਣਾ ਸਵਾਰਥ ਆ ਜਾਂਦਾ ਹੈ ਮੰਨ ਲਓ ਮੇਰੀ ਕਾਂਗਰਸ ਪਾਰਟੀ ਡੁੱਬ ਰਹੀ ਹੈ ਤੇ ਸਾਰੇ ਚਲੋ ਦੂਜੀ ਪਾਰਟੀ ਚ ਮੈਂ ਉਹਨੂੰ ਨਹੀਂ ਅਕਾਲੀਆਂ ਬੋਲੋ ਜਿੱਤ ਸਕਦਾ ਆ ਜਾਓ ਆਪ ਚ ਆ ਜਾਓ ਭਾਜੀ ਪੀ ਚ ਯਾਨੀ ਦਲ ਬਦਲਣਾ اور ਸਵਾਰਥ ਕੇ ਲਈ ਕੋਈ ਬਿਨਾ ਸਵਾਰਥ ਨਹੀਂ ਜਾਂਦਾ ਸਵਾਰਥ ਲਈ ਹੈ ਇੰਨਾ ਸਵਾਰਥ ਪਹਿਲੇ ਨਹੀਂ ਸੀ ਕੋਈ ਅੱਖਾਂ ਦੀ ਸ਼ਰਮ ਸੀ ਦਲ ਬਦਲਣ ਦੇ ਉਹ ਨਹੀਂ ਹੈ ਔਰ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਲੈਂਦੀਆਂ ਆਪਣੇ ਵਰਕਰ ਭਾਵੇਂ ਤੜਫਦੇ ਰਹਿ ਜਾਣ ਕਿ ਅਸੀਂ ਆਪਣੀ ਪਾਰਟੀ ਦੇ ਮੁਖੀਆਂ ਨੂੰ ਮਿਲਣਾ ਹੈ ਲੇਕਿਨ ਜਿਹੜਾ ਦਲ ਬਦਲਦਾ ਹੈ ਉਹ ਜਾ ਕੇ ਐਸੇ ਖੜਾ ਹੁੰਦਾ ਹੈ ਜੈਸੇ ਉਹ ਬਹੁਤ بڑا ਕੰਮ ਕਰਕੇ ਆਇਆ ਕਾਰਗਿਲ ਜਿੱਤ ਕੇ ਆਇਆ ਉਸਕਾ ਵਿਨੰਦਨ ਹੋ ਰਹਾ ਹੈ ਤੋ ਇਹ ਬਾਤ ਗਲਤ ਹੋ ਗਈ ਹੈ ਔਰ ਧਨ ਬਗੈਰ ਮੈਂ ਚਨਾਵ ਯੋਗ ਨੂੰ ਬੜੀ ਵਧੀ ਦਿਖਿਆ ਕਿ ਤੁਹਾਡੇ ਜਿਹੜੇ ਆਬਜ਼ਰਵਰ ਆਂਦੇ ਆ ਖਰਚ ਵੇਖਣ ਨਹੀਂ ਉਹ ਕੀ ਕਰਦੇ ਆ ਜਿੰਨਾ ਪੈਸਾ ਅਸੀਂ ਖਰਚ ਕਰ ਸਕਦੇ ਆ ਮੈਨੇ ਕਹਾ ਕਿ ਇਹਨਾਂ ਸਾਰੇ ਐਮਐਲਏ ਨੂੰ ਐਮਪੀ ਨੂੰ ਇਕੱਠੇ ਕਰੋ ਤੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਕਹਿਣ कि ਜਿੰਨੀ ਲਿਮਿਟ ਸੀ ਅਸੀਂ ਉਨਾ ਹੀ ਖਰਚ ਕੀਤਾ ਨਹੀਂ ਕੀਤਾ ਕਰੋੜਾਂ ਕਰੋੜਾਂ ਰੁਪਏ ਚੋਰਾਮਾ ਦੇ ਖਰਚ ਤੇ ਆ ਹੁਣ ਤਾਂ ਪੰਚਾਇਤਾਂ ਤੇ ਲੱਖਾਂ ਲੱਖਾਂ ਖਰਚ ਹੁੰਦੇ ਆ ਇਸ ਕਰਕੇ ਧਨਵਲ ਬਹੁਵਲ ਇਹ ਤੰਤਰ ਹੈ ਆਈਦਾ ਲੋਕਤੰਤਰ ਤੇ ਦੱਬ ਗਿਆ ਹੈ ਲੋਕਤੰਤਰ ਕੇਵਲ ਵੋਟ ڈالਨੇ ਤੱਕ ਹੈ ਜਨਤਾ ਦਾ ਰਾਜ ਨਹੀਂ ਹੈ ਜਨਤਾ ਕੇ ਲਈ ਵੀ ਨਹੀਂ ਹੈ ਪਰ ਜਨਤਾ ਕੇ ਦੁਆਰਾ ਹੈ ਵੋਟ ਪਾਉਂਦੇ ਆ ਨਾ ਲੋਗ ਪਿਆਰ ਨਾਲ ਪਾਉਂਦੇ ਆ ਪੈਸੇ ਨਾਲ ਪਾਉਂਦੇ ਆ ਸ਼ਰਾਬ ਲੈ ਕੇ ਪਾਉਂਦੇ ਆ ਲਾਲਚ ਨਾਲ ਠੀਕ ਹੈ ਲੇਕਿਨ ਜਿਹੜਾ ਰਾਜ ਜਨਤਾ ਕੇ ਦੁਆਰਾ ਹੈ ਜਨਤਾ ਕੇ ਲਈ ਨਹੀਂ ਹੈ ਇਹ ਬੜੀ ਤਕਲੀਫ ਹੈ ਮੁਝੇ ਰਾਜਨੀਤੀ ਛੱਡਣ ਦਾ ਕਿਉਂਕਿ ਜਦੋਂ ਤੁਸੀਂ ਚੋਣ ਲੜਨ ਤੋਂ ਮਨਾ ਕੀਤਾ ਤੁਹਾਨੂੰ ਸਰਕਾਰਾਂ ਨੇ ਵੀ ਕਿਹਾ ਕਿ ਤੁਸੀਂ ਲੜੋ ਸਾਡੇ ਵੱਲੋਂ ਸਾਨੂੰ ਮੈਂ ਰਾਜਨੀਤੀ ਨਹੀਂ ਛੋੜੀ ਅਗਰ ਤੋਂ ਰਾਜਨੀਤੀ ਦਾ ਮਤਲਬ ਕੇਵਲ ਚੋਣ ਲੜਨਾ ਹੈ ਤੇ ਉਹ ਤਾਂ ਜਿੱਦਨ 2007 ਦਾ ਚੋਣ ਮੈਂ ਲੜ ਲਿਆ ਨਾ ਪੋਲਿੰਗ ਤੋਂ ਇੱਕਦਮ ਬਾਅਦ ਪਹਿਲੇ ਕਹਿੰਦੀ ਤੇ ਨੁਕਸਾਨ ਹੋ ਜਾਣਾ ਸੀ पोलिंग तो बाद जिले कार्यकर्ता का धन्यवाद करी दिया मैं उत कहता मेरे यही वाक्य था मुझे आई तक याद है भाई मैं इसके बाद चुनाव नहीं लड़ूंगी ये चुनाव पंद्रह दिन बाद रिजल्ट आना था मैं जीत गई तो श्रेय आपको हार गई तो मेरी कर्म पर मैं इसके बाद कोई चुनाव नहीं लड़ूंगी आप लोग लड़ी है मुझे अफसोस है वैसे चुनाव ना लड़ने की खुशी है पर उस दिन के बाद से 2007 के बाद से अमृतसर सेंट्रल हल्का मेरी पार्टी कभी जीत नहीं पाई कारण क्या है वो यहाँ चर्चा का विषय नहीं लेकिन वो हमने अपना जीता वो इलाका अमृतसर सेंट्रल को हम कहते थे बहुत पुराने टाइम से कि प्रकाश सिंह बादल से पहले सरदार कैरो होते थे कि वो भी आज तो यहाँ नहीं जीत सकते अब हम लगातार दो से हार रहे हैं बारह में सतारह में बाईस में ये मुझे दुख है जिंदगी जेड़े सपने तुसी देखे सी आज तक सारे सपने पूरे किते देखो सारे सपने तो पूरे नहीं हुए मैं चाहती जी करप्शन बिल्कुल ख़त्म हो जाए मैं चाहती जी भाई जवाब बिल्कुल ख़त्म हो जाए मैं चाहती थी कि जो चुनाव लड़ते हैं वो जनता के लिए आइकॉन बने आइडियल बने लेकिन ऐसा नहीं हो पा रहा और मुझे सबसे ज़्यादा तो ये लगता है मैंने सुप्रीम कोर्ट को भी लिखा है हाई कोर्ट को भी लिखा है कि जो पुलिस थानों में समानता नहीं है शोषण होता है पुलिस कस्टडी में लोग मारे जाते हैं ये जो पुलिस के द्वारा गरीब जनता का शोषण या मेरे को पता है कि बड़े से बड़ा अपराधी पॉलिटिशियन छुड़वा लेते हैं और निर्दोष जेलों के अंदर पड़े हैं ये मेरा एक स्वपन था कि ये खत्म हो जाए और एक स्वपन जो पूरी तरह टूटा आज पचहत्तर साल हो गए मैं आज़ाद हुए और पचहत्तर साल की आज़ादी के बाद जो आज़ादी से पहले देशभक्ति थी वो गायब हो गई है गांधी जी कहते थे विदेशी माल की होली जलाओ हमने सब विदेशी पहना विदेशी भाषा आप इस बाज़ार में जाएं जो शहर का पुराना बाज़ार है हमारे साथ जाओ आटा मंडी जाओ पापड़ाने बाज़ार जाओ गुरु बाज़ार जाओ नमक मंडी जाओ जो हिंदी और पंजाबी के, के केंद्र थे राष्ट्रीय भाषाओं के सब अंग्रेजी वाले हो गए सब के साक्षर अंग्रेजी में गए सब माताएं माँ से मम्मी बन गई मैं चाहती थी कि अगर गांधी जी ने कहा था आपको याद होना चाहिए मैं देश आज़ाद होने के पहले एक घंटे में हिंदुस्तान से शराब ख़त्म करूंगा शराब के ठेके और गौहत्या और शराब के ठेके तो अब गली गली आ गए और सरकारें देखो पखंडी कितनी है अमृतसर पवित्र नगरी है जी यहाँ शराब नहीं आ सकती हमारे ये बारह दरवाजे है ना बारह दरवाजे की अंदरली साइड पवित्र है तो बाहरली साइड पवित्र एक ही गेट के अंदर शराब का दरवाजा रखा हुआ है और बाहर बिक रही है तो ये जो है ना सरकारी ढोंग ये मुझे बिल्कुल पसंद नहीं है मैं अभी भी जितना जीवन शेष है यही चाहती हूँ कि कुछ उन गरीब बच्चों के लिए काम करें जो पढ़ नहीं सकते जो मरीज इलाज नहीं करा सकते <coughs> मुझे खुशी है हेल्थ मिनिस्टर रहते हुए मेरे ऑफिसर बड़े अच्छे थे उन्होंने छोटे बच्चों की हार्ट सर्जरी हार्ट का कोई भी इलाज फ्री करवाया कैंसर का करवाया है ਲੇਕਿਨ ਆਮ ਆਦਮੀ ਕੋ ਵੀ ਨਾ ਤੋ ਅੱਛੀ ਪੜਾਈ ਮਿਲਦੀ ਹੈ ਗਰੀਬੀ ਕੇ ਕਾਰਨ ਔਰ ਨਾ ਹੀ ਅੱਛਾ ਉਪਚਾਰ ਮਿਲਦਾ ਹੈ ਇਹ ਮੈਨੂੰ ਬਹੁਤ ਤਕਲੀਫ ਦਿੰਦਾ ਹੈ ਅਬ ਤੁਹਾਨ ਤੁਹਾਨੂੰ ਮੈਮ ਕੀ ਲੱਗਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਾਂ ਪੁਰਾਣੇ ਸਮੇਂ ਦੇ ਸਭ ਤੋਂ ਸਹੀ ਜਿਹੜਾ ਰਾਜਨੀਤਿਕ ਬੰਦਾ ਕਿਹੜਾ ਸੀ ਜਿਹਨੂੰ ਤੁਸੀਂ ਆਪਣਾ ਦਰਸ਼ ਮੰਨਦੇ ਰਾਜਨੀਤੀ ਮੇ ਕੋਈ ਇੱਕ ਨਹੀਂ ਬੜੇ ਦਰਸ਼ ਲੇਟਸਟ ਸੋ ਲਾਲ ਬਹਾਦੁਰ ਸ਼ਾਸਤਰੀ ਜੀ ਹੈ ਹਾਂਜੀ ਸਰਦਾਰ ਪਟੇਲ ਰਹੇ ਲਾਲ ਬਹਾਦਰ Shastri ਰਹੇ ਔਰ ਅਬ ਮੋਦੀ ਜੀ ਵੀ ਜੋ ਉਹਨਾਂ ਨੇ ਕੰਮ ਕਰ ਦਿਆ ਹਰ ਕੰਮ ਕਿੰਮ ਸ਼ਮਸ਼ੇ ਕਿਸੇ ਕ ਵੀ ਨਹੀਂ ਹੋ ਸਕਤੇ ਲੇਕਿਨ ਇਹ 370 ਖਤਮ ਕਰਕੇ 3 ਤਲਾਕ ਖਤਮ ਕਰਕੇ ਜੋ ਬੜਾ ਕੰਮ ਕਰ ਦਿਆ ਇਹ ਦੇਸ਼ ਕੇ ਲਈ ਬਹੁਤ ਬੜਾ ਕੰਮ ਆ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਕਾਰਜਕਾਲ ਨੂੰ ਕਿਵੇਂ ਦੇਖਦੇ ਹੋ ਅ ਅਭੀ ਉਹਨਾਂ ਕੇ ਲਈ ਫੈਸਲਾ ਦੇਣ ਦੀ ਸਥਿਤੀ ਮੈਂ ਤਾਂ ਨਹੀਂ लेकिन कुछ काम उन्होंने जनता के हित में किए खासकर भ्रष्टाचारी कोई भी हो उनका अपना एम एल हो एम का बाप हो बड़ा अफसर हो उनको पकड़ पकड़ के सलाखों के पीछे भेज रहे हैं इंक्वायरी कर रहे हैं जांच कर रहे हैं सजा भी दे रहे हैं ये मुझे काम सबसे अच्छा लगा है ਤੋ ਬਿਲਕੁਲ ਐਸਨ ਲక్ష్ਮੀ ਕਾਂਤਾ ਚਾਵਲਾ ਜਿਹੜੇ ਅੱਜ ਵੀ ਬੜੀ ਸਾਦਗੀ ਨਾਲ ਆਪਣਾ ਜੀਵਨ ਬਤੀਤ ਕਰ ਰਿਹਾ ਤਿੰਨ ਵਾਰੀ ਐਮਐਲਏ ਤੇ ਇੱਕ ਵਾਰੀ ਕੈਬਨਿਟ ਮਨਿਸਟਰ ਤੋਂ ਬਾਅਦ ਵੀ ਅੱਜ ਵੀ 48 ਗਜ ਦੇ ਘਰ ਦੇ ਵਿੱਚ ਰਹੇ ਤੇ ਲੋਕਾਂ ਨੂੰ ਵੀ ਸੰਦੇਸ਼ ਦੇ ਰਹੇ ਹੈ ਤੇ ਨਾਲ ਹੀ ਇੱਕ ਸੁਪਨਾ ਜਿਹੜਾ ਅਜ ਤੱਕ ਉਹਨਾਂ ਦਾ ਪੂਰਾ ਨਹੀਂ ਹੋਇਆ ਕਿ ਭ੍ਰਿਸ਼ਟਾਚਾਰ ਨੂੰ ਇਸ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ